ਪਟਾਕੇ ਪੈਣੇ ਆ। ਭਨਿਆਰੀ ਨਹੀਂ ਆਈ ਵੀਰੇ, ਸਿੱਧੂ ਸਲੇਮਸ਼ਾਹ ਨਹੀਂ ਆਏ, ਗੋਪਾ ਮਾਨ ਆਇਆ ਬਾਈ, ਉਹ ਵੀ ਕਰਾਂਗੇ ਕਿਹੜੀ ਟੀਮ 'ਚ ਅਪਡੇਟ, ਵੇਟ ਕਰਿਓ। ਕੈਮਰੇ ਸਾਹਮਣੇ ਨੱਥੂ ਲਾਗਰ ਵੀ, ਜੱਸੂ ਹੋਰੀ ਆ ਗਿਆ ਮੁੰਡੇ, ਅਜੇ ਖੇਡਦਾ ਖੱਪਿਆਂ ਵਾਲੀ ਵਾਲਾ ਨਾਲ, ਸਹਿਜ ਹੋਰੀ ਹੈਪੀ ਮਹੀਨੇ ਵਾਲੀ ਵਾਲਾ ਦੂਜੀ ਸਾਈਡ 'ਤੇ ਘੱਟਿਆਂ ਵਾਲੀ। ਮੈਚ ਬਹੁਤ ਤਗੜਾ ਲੱਗਣਾ, ਟੌਪ ਦਾ ਮੈਚ ਲੱਗਣਾ ਐਂਡ। ਗੱਭਰੂ ਕਹਿੰਦੇ ਲਗਾਤਾਰ ਮੇਲੇ ਜਿਰਦੇ ਤੁਰੇ ਆਉਂਦੇ ਆ, ਔਰ ਲਗਾਤਾਰ ਕੱਲ ਕਹਿੰਦੇ ਬਲੀਦਪੁਰ ਦੀ ਧਰਤੀ ਦੇ ਮੁੰਡਿਆਂ ਨੇ ਸੱਤਵਾਂ ਫਾਈਨਲ ਖੇਡਿਆ ਹੈ। ਔਰ ਸੈਂਟਰ ਚ ਜਿਹੜਾ ਖਿਡਾਰੀ ਖੇਡਦਾ ਪਰਲੇ ਪਾਸੇ ਆ, ਬਧਾਈਆਂ ਵਾਲਾ ਕਹਿੰਦੇ ਰਿੰਕੂ ਹੈ, ਬੜਾ ਪੜ੍ਹਿਆ ਲਿਖਿਆ ਖਿਡਾਰੀ ਹੈ, ਔਰ ਨਾਲ ਘੱਟਿਆਂ ਵਾਲੀ ਪਿੰਡ ਦਾ ਪੱਗੂ ਖੇਡਦਾ ਹੈ, ਜੱਜ ਦਾ ਕਹਿੰਦੇ ਟੋਟੀ ਵਾਲਾ ਪਿੰਡ ਹੈ, ਨਾਲ ਰਾਜਦੀਪ ਸੁਖਮਨ ਵਰਗੇ, ਔਰ ਕਹਿੰਦੇ ਖੁਸ਼ਦੀਪ ਵਰਗੇ ਅੱਜ ਵੱਡਾ ਸੈੱਟ ਬਣਾ ਕੇ ਲੈ ਕੇ ਆਏ ਹੈ। ਵੇਖਾਂਗੇ ਕੌਣ ਜਿੱਤ ਕੇ ਤੇ ਧਰਤਰ ਕਰਵਾ ਦੇਗਾ, ਵੀ ਕੱਢਿਆ ਵਿਚਾਲੇ ਆ ਨਿੱਤ ਪੰਜਾਂ ਨੇ ਦੋ ਵੰਡੀਆਂ, ਤੇ ਬਾਹਰ ਬੈਠੇ ਲੋਕਾਂ ਵਿੱਚ ਗੱਲਾਂ ਹੁੰਦੀਆਂ ਕਿ ਟੀਮਾਂ ਦੋਨੋਂ ਚੰਗੀਆਂ, ਔਰ ਮਾਰ ਮਾਰ ਸ਼ਾਟਾਂ ਭੈੜੇ ਕੱਢਣ ਗਿਆ ਸ਼ਹਿਰੀ ਦੀ ਟੀਮ ਆ ਜਿਹੜੀ, ਉਸ ਤੋਂ ਬਾਅਦ ਦੋ ਨੰਬਰ ਗਰਾਊਂਡ ਦੇ ਵਿੱਚ ਆ ਜਾਣੀ ਹੈ ਬਾਸੀਆਂ ਸ਼ਹਿਰੀ ਤੇ ਗੱਡੂਆਂ ਦਾ ਮੈਚ, ਉਸ ਤੋਂ ਬਾਅਦ ਦੋ ਨੰਬਰ ਗਰਾਊਂਡ ਤੇ ਜੀ ਪਿੰਦਰ ਉਰੇ ਆ ਕੇ ਜਾਈ ਮੜਾ ਜਾ ਮੇਰੇ ਕੋਲੇ ਗੱਲ ਕਰਨੀ ਕੋਈ ਨਹੀਂ 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 ਬਿਠਾਉਣਾ ਨੀ ਲਾਲੀ ਬਹੁਤ ਸੋਹਣੇ ਮੈਚ ਦੀ ਸ਼ੁਰੂਆਤ ਹੋ ਚੁੱਕੀ ਹੈ। ਔਰ ਦੋਨੋਂ ਟੀਮਾਂ ਚ ਕਹਿੰਦੇ ਬੰਨੇ ਪ੍ਰਬੰਧੇ ਖਿਡਾਰੀ ਹੈ, ਜਿੱਤਣ ਦੇ ਲਈ ਮੁੰਡਿਆਂ ਦਾ ਕਹਿੰਦੇ ਜ਼ੋਰ ਲੱਗਿਆ ਹੋਇਆ, ਇਧਰ ਖੁਸ਼ਦੀਪ ਜ਼ੋਰਦਾਰ ਮੁੰਡੇ ਦੇ ਲਈ, ਖੁਸ਼ਦੀਪ ਮੋਟਰਸਾਈਕਲ ਦਾ ਜੇਤੂ ਹੈ, ਕਹਿੰਦੇ ਆਲ ਇੰਡੀਆ ਤੱਕ ਚਰਚੇ ਮੁੰਡੇ ਦੇ, ਇੱਕ ਟੌਪ ਦਾ ਪੁਆਇੰਟ ਮੁੰਡੇ ਨੇ ਜੋੜ ਦਿੱਤਾ ਹੈ ਜਿਹੜਾ ਆਪਣੀ ਟੀਮ ਦੇ ਲਈ। ਬਾਈ ਜੀ ਇਸ ਤੋਂ ਬਾਅਦ ਮੈਚ ਖੇਡਣ ਤੋਂ ਇਹ ਟੀਮਾਂ ਵੀਰੇ ਬਿਲਕੁਲ ਨੇੜੇ ਆ ਜਾਣ, ਭੈਣੀ ਬਾਈ ਆ ਔਰ ਚੱਕ ਕਲਾ ਲੱਕੀ, ਇਸ ਤੋਂ ਬਾਅਦ ਇੱਕ ਨੰਬਰ ਗਰਾਊਂਡ ਦੇ ਵਿੱਚ ਇਹ ਮੈਚ ਖੇਡਿਆ ਜਾਣਾ ਵੀਰੇ, ਇਸ ਤੋਂ ਬਾਅਦ ਮੇਰਾ ਵੀਰ ਬਣ ਕੇ ਗਰਾਊਂਡ ਨੰਬਰ ਇੱਕ ਦੇ ਵਿੱਚ ਆ ਰਹੇ ਜੀ, ਭੈਣੀ ਬਾਈ ਆ ਔਰ ਚੱਕ ਕਲਾ ਲੱਕੀ ਇੱਕ ਨੰਬਰ ਗਰਾਊਂਡ, ਦੋ ਨੰਬਰ ਗਰਾਊਂਡ ਵਿੱਚ ਬਾਸੀਆਂ ਸ਼ਹਿਰੀ ਤੇ ਗੰਡੂਆਂ,
ਇਹ ਖਿਡਾਰੀ ਜੀ ਆਪਣੇ ਆਪ ਨੂੰ ਬਿਲਕੁਲ ਤਿਆਰ ਵਰਤਿਆ ਰੱਖਣਗੇ। ਆਪਣੇ ਕੋਲ ਦੋ ਹੀ ਗਰਾਊਂਡ ਨੇ ਔਰ ਮੈਂ ਬੇਨਤੀ ਕਰਾਂਗਾ ਵੀ ਜ਼ਿਆਦਾ ਵਾਧਾ ਨਾ ਲਾਓ, ਜ਼ਿਆਦਾ ਸਮਾਂ ਆਪਾਂ ਨਾ ਲਾਈਏ। ਇੱਧਰਲੇ ਪਾਸੇ ਸਹਿਜ ਹੈ, ਕਹਿੰਦੇ ਕੇਬਰ ਦਾ ਔਰ ਕਹਿੰਦੇ ਚੱਲਦੇ ਟਾਈਮ ਦੇ ਵਿੱਚ ਵਧੀਆ ਨਾਮ ਬਣ ਗਿਆ, ਵਧੀਆ ਖੇਡ ਦਾ ਮਾਲਕ ਹੈ। ਬੋਲੇ ਬਹੁਤ ਵਧੀਆ ਮੈਚ ਉਧਰ ਹਾਂਜੀ ਹਾਂਜੀ ਵੀਰੇ ਇੱਕ ਮਿੰਟ ਵੇਟ ਕਰਿਓ ਮੇਰੇ ਵੀਰ ਸੋਹਣੇ। ਠੀਕ ਹੈ ਜੀ, ਨਾਲ ਹੀ ਮੇਰੇ ਸਾਰੇ ਦੇ ਸਾਰੇ ਮੈਂ ਸੁਣ ਲਓ ਜੀ, ਜਿਹੜੇ ਮੈਚ ਰਹਿੰਦੇ ਆਪਣੇ ਕੋਲ ਬਾਸੀਆਂ ਸ਼ਹਿਰੀ ਦੀ ਟੀਮ ਦਾ ਮੈਚ ਹੈ, ਗੰਡੂਆਂ ਦੀ ਟੀਮ ਦੇ ਨਾਲ ਬਾਈ ਚੱਕ ਕਲਾ ਲੱਕੀ ਤੇ ਭੈਣੀ ਪਾਈਆ, ਕੈਲਪੁਰ ਜੈਤੀ ਤੇ ਥੱਪੜ ਵਾਲਾ, ਕਾਲੀ ਵਾਲਾ ਗੁਰੂ ਤੇ ਖੰਜਰ ਵਾਲ ਪਿੰਦਰ, ਤਲਵੰਡੀ ਮੰਜੂਗੇ ਤੇ ਰਾਜਸਥਾਨ ਦਸ ਚੱਕ, ਗਿੱਲ ਤੇ ਫਿਰੋਜ਼ਸ਼ਾਹ ਤੀਰਥ, ਕੁਮਾਰ ਤੇ ਭੱਟੀਆਂ ਬਾਬਾ ਦੀਪ ਸਿੰਘ ਸਪੋਰਟਸ ਕਲੱਬ, ਬਾਸੀਆਂ ਜੋਤ ਦਾ ਮੈਚ ਜਿਹੜਾ ਚੰਗਣਾ ਦੀ ਟੀਮ ਦੇ ਨਾਲ ਹੋ ਚੁੱਕਿਆ ਹੈ, ਔਰ ਭਰੋੜ ਦਾ ਮੈਚ ਜਿਹੜਾ ਗਹਾਰ ਦੀ ਟੀਮ ਦੇ ਨਾਲ ਖੇਡਿਆ ਜਾਣਾ ਹੈ। ਇਹ ਖਿਡਾਰੀ ਵੀਰ ਆਪਣੇ ਆਪ ਨੂੰ ਫਿਰ ਤਿਆਰ ਬਰ ਤਿਆਰ ਕਰ ਰਹੇਗੀ, ਲਓ ਸਾਹਮਣੇ ਕਹਿੰਦੇ ਜੱਸੂ ਤਿਆਰ ਬਰ ਤਿਆਰ ਹੈ ਅਗਲੀ ਸਰਵਿਸ ਕਰਨ ਦੇ ਲਈ, ਦੂਜੇ ਪਾਸੇ ਧੱਕਿਆਂ ਦਾ ਵੀ ਟੀਮ ਹੈ, ਕਹਿੰਦੇ ਵਧੀਆ ਟੀਮ ਹੈ, ਨਾਲੀ ਪੁਰਾਣਾ ਤਿਆਰੀ ਥਰ ਹੈ ਨੰਬਰ, ਹੁਣ ਕੁਝ ਨਾ ਕੁਝ ਕਰਕੇ ਦਿਖਾਵੇ ਤੇ ਤੈਨੂੰ ਤਾਂ ਮੰਨੀਏ, ਨਜ਼ਾਰਾ ਕਹਿੰਦੇ ਫਜਿਆ ਪਿਆ ਇੱਧਰ ਬਾਹਰ ਜੇ ਰਿਜਾਊਟ ਸਫਲਤਾ ਦੇ ਰਹੀ ਹੈ। ਕਾਕੇ ਬਰਾੜ ਵੱਲੋਂ ਨੱਥੂ ਵਾਲਾ ਜੈਦੀ ਹੈ 5500 ਨਾਲ ਸਨਮਾਨ, ਨੱਥੂ ਵਾਲਾ ਜੈਦੀ ਹੈ ਕਾਕਾ ਬਰਾੜ, ਨੱਥੂ ਨੱਥੂ ਵਾਲਾ ਸਾਡੇ ਮੁੰਡਿਆਂ ਬਾਰੇ ਕਹਿ ਰਹੇ ਵੀ ਜੇ ਨੱਥੂ ਵਾਲਾ ਜਲਦੀ ਦੀ ਟੀਮ ਆ ਚੱਲਦੇ ਹੋ ਮੈਚ ਦੇ ਵਿੱਚ ਜਿੱਤਦੇ ਦੇ ਰੁਪਈਆ 5500 ਦਿੱਤਾ ਜਾਵੇਗਾ, 5500 ਦੇ ਨਾਲ ਵੱਡੇ ਮਾਨ ਸਨਮਾਨ ਜਿਹੜੇ ਕਰ ਦਿੱਤੇ ਜਾਣਗੇ। ਲੈ ਵੀ ਜੱਸੂ ਤਿਆਰੀ ਆ ਹੁਣ ਰੈਂਪੇ ਵਧੀਆ ਵਧੀਆ ਰੈਂਪੇ, ਔਰ ਕੁਝ ਨਾ ਕੁਝ ਕਰਕੇ ਰੈਂਪਾ ਬਰਾੜ ਸਕੋਰ ਇੱਕ ਮਿੰਟ ਦੱਸ ਦਿਓ ਰੈਂਪੇ ਪਿੰਦਰ ਦਿੱਤਾ ਰੈਂਪੇ ਜਾਂਦੇ ਰੋਜ਼ ਰੈਂਪੇ ਜੋ ਆਪਣੀ ਹੀ ਚਾਲ ਚੱਲ ਪਈ ਹੈ, ਉਹ ਤੋਂ ਵੱਖਰਾ ਕਰਾਂਗੇ ਸੋ ਜੰਗ ਤੋਂ ਬਾਕੀ ਦੋਹਾਂ ਦੀ ਵੱਖਰੀ ਜਮਾਤ ਹੁੰਦੀ ਹੈ, ਔਰ ਗੱਲਾਂ ਦੀ ਫਰੀ ਢਿੱਲੋਂ ਹੁੰਦੀਆਂ ਭਨੋੜ ਆ ਭਨੋੜ ਵੀਰੇ ਫਰੀ ਢਿੱਲੋਂ ਹੁੰਦੀ ਹੈ ਗੱਲਾਂ ਦੀ ਨਾਉਣ ਪਹਿਲਾ ਪਹਿਲਾ ਰੌਣਾ ਜੀ ਦੂਜਾ ਤੀਜਾ ਮੈਚ ਹੀ ਅੱਜ ਤਾਂ ਫੁੱਟਬਾਲ ਦਾ ਚੱਲਦਾ ਹੋਇਆ ਮੈਚ ਅਬੂਆਲ
ਅਤੇ ਮੁਜ਼ਾਫਰ ਦੇ ਪੁਆਇੰਟ ਵੀਰੇ ਪੁਆਇੰਟ ਕਿੰਨੇ ਆ ਦੋਨਾਂ ਟੀਮਾਂ ਦਾ ਸਕੋਰ ਲੈਵਲ ਆ ਤਿੰਨ ਇੱਧਰ ਆ ਵੀਰ ਨੱਥੂ ਵਾਲੇ ਦੇ ਦੋ ਪੁਆਇੰਟ ਘੱਟਾਂ ਵਾਲੀ ਇੱਧਰ ਤਿੰਨ ਉੱਧਰ ਦੋ ਪਨੇਰੀ ਫਿਰੋਜ਼ਾ ਵੀ ਨਹੀਂ ਆਈਆਂ ਬਾਈ ਨਹੀਂ ਆਈਆਂ ਵੀਰੇ ਇੱਕ ਮਿੰਟ ਹੋਰ ਗੱਲ ਸੁਣੀ ਮੇਰੀ ਜੀ ਪੰਦਰ ਇੱਥੇ ਵੀ ਆਈ ਨੀ ਸਹੀ ਮੈਂ ਪਹਿਲਾਂ ਜੀਓ ਚੱਕੀ ਨੀ ਗਿਆ ਯਾਰ ਕਮਾਲ ਚੱਕੀ ਕਿਉਂ ਨੀ ਜਾਂ ਏਅਰਟੈਲ ਤਾਂ ਮੈਂ ਮੰਨ ਲੈਣਾ ਤੇਰੀ ਗੱਲ ਜੀਓ ਕਿਉਂ ਨੀ ਚੱਕਿਆ ਖੜ ਜਾ ਸੱਤ ਮੈਂ ਹਾਂਜੀ ਹਾਂਜੀ ਇੱਕ ਮਿੰਟ ਅਨਮੋਲਦੀਪ ਜੌਲ ਇੱਕੋ ਮਿੰਟ ਵੀਰੇ ਕੀ ਹਾਲ ਚਾਲ ਹੈ ਸਹੀ 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 ਖੜ ਜਾ ਜੀਓ ਦਾ ਮੈਨੂੰ ਉਹ ਤਾਂ ਡਾਟਾ ਦਾ ਵੇਖਣ ਦੇ ਮੇਰਾ ਕਿੰਨਾ ਮੇਰੇ ਕੋਲੇ ਜੇ ਬੁੱਗੀ ਗੋਲ ਕਰਦਾ ਤੇ ਬਾਂਦੀਵਾਲ ਵਾਲੇ ਭਰਾ ਸਾਡੇ ਕਹਿੰਦੇ ਵੀ ਆਪਾਂ ਮਾਨ ਸਨਮਾਨ ਕਰਾਂਗੇ ਬੁੱਗੀ ਦਾ ਬਹੁਤ ਵਧੀਆ ਮੈਚ ਉੱਧਰ ਫੁੱਟਬਾਲ ਦਾ ਵੀ ਖੇਡਿਆ ਜਾ ਰਿਹਾ ਔਰ ਮੈਚ ਇੱਧਰ ਬਾਂਦੀਵਾਲ ਦਾ ਵੀ ਵਧਾਈਆਂ ਵਾਲੇ ਕਹਿੰਦੇ ਰਿੰਕੂ ਵੀ ਨੰਬਰ ਦਾ ਵਾਧਾ ਕਰਤਾ ਆਪਣੀ ਟੀਮ ਦੇ ਲਈ ਬੜੀ ਕਹਿੰਦੇ ਚੋਟੀ ਵੀ ਟੀਮ ਬਣਾ ਕੇ ਲੈ ਕੇ ਮੁੰਡੇ ਘੱਟਿਆਂ ਵੀ ਪਿੰਡ ਕਹਿੰਦੇ ਆ ਜਿਹੜੇ ਫਾਜ਼ਿਲਕਾ ਦੀਆਂ ਹੱਦਾਂ ਸਰਹੱਦਾਂ ਮੋਗੇ ਆ ਜਿਹਦੇ ਦਾ ਨੱਥੂ ਵਾਲਾ ਗਰਮੀ ਪਿੰਡ ਬੜਾ ਪ੍ਰਸਿੱਧ ਹੈ ਵੀ ਮੋਗੇ ਵਾਲੀ ਫੌਜ ਵਿੱਚ ਬਾਹਲੇ ਭਰਤੀ ਹੈ ਤੇ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਔਰ ਲੋਹੇ ਨਾਲ ਮੱਥਾ ਮਾਰਦੇ ਮਲੋੜਦੇ ਆ ਬਈ ਇੱਕ ਮਿੰਟ ਕਮੈਂਟ ਵੇਟ ਕਰੋ ਪੜਦੇ ਹੁਣ ਮਸਲਾ ਹੈ ਬਈ ਲੁਧਿਆਣਿਆਂ ਤੋਂ ਚੰਡੀਗੜ੍ਹ ਆਸ਼ਕੀ ਹੈ ਤੇ ਬੁੱਕਣਾ ਦੀ ਕਦੇ ਵੀ ਹੈ ਬਠਿੰਡੇ ਅਸਲਾ ਹੈ ਲੁਧਿਆਣਿਆਂ ਤੋਂ ਚੰਡੀਗੜ੍ਹ ਆਸ਼ਕੀ ਹੈ ਤੇ ਬੁੱਕਣਾ ਦੀ ਕਦੇ ਵੀ ਹੈ ਬਠਿੰਡੇ ਅਸਲਾ ਇੱਧਰ ਕਹਿੰਦੇ ਕਮਾਲ ਦਾ ਮੈਚ ਜਿਹੜਾ ਖੇਡਿਆ ਜਾ ਰਿਹਾ ਗਰਾਊਂਡ ਨੰਬਰ ਇੱਕ ਦੇ ਵਿੱਚ ਲਾਵੀ ਇੱਕ ਵਾਰੀ ਮਨਿੰਦਰ ਪੁਆਇੰਟ ਦੇ ਦੱਸੀ ਮੇਰਾ ਵੀਰ ਇੱਕ ਵਾਰੀ ਨੀ ਗਈ ਹਲੇ ਪਰ ਉਹਨੇ ਥੱਕ ਜਾਣਾ ਇਹ ਗੱਲ ਪੱਕੀ ਹੈ ਪਿੰਦਰ ਮੈਂ ਵੀ ਆਖਿਆ ਕੀ ਚੱਕਰ ਆ ਗਿਆ ਜੀ ਉਹਦਾ ਰੀਚਾਰਜ ਹੀ ਨਹੀਂ ਸੀ ਤਾਂ ਹੋਇਆ ਸਾਡਾ ਤੇ ਮੈਚ ਇੱਧਰ ਵੀ ਕਰਨਾ ਹੋਊਗਾ ਯਾਰ ਮੈਨੂੰ ਸਹੀ ਦੇ ਦਿੱਤਾ ਵਧੀਆ ਬਣ ਗਿਆ ਮੈਚ ਸਾਈਡਾਂ ਚੇਂਜ ਹੋ ਗਈਆਂ ਬਾਈ ਕੋਈ ਨਾ ਮੈਚ ਤੋਂ ਬਾਅਦ ਕਰਦੇ ਵੀਰੇ ਸੱਟ ਇੱਕ ਮਿੰਟ ਵੇਟ ਕਰੋ ਮੈਂ ਵੀ ਆਖਿਆ ਚੱਕਰ ਕੀ ਬਣਿਆ ਪਿਆ ਮੇਰੇ ਨਾਲ ਅੱਜ ਗ੍ਰਾਉਂਡ ਤੇ ਵੀ ਮੈਚ ਹੋ ਰਿਹਾ ਹੈ ਜਾ ਰਿਹਾ ਹੈ ਇੱਕ ਪਾਸੇ ਧੱਕਣਾ ਵੀ ਇਹ ਟੀਮ ਹੈ ਔਰ ਦੂਜੇ ਪਾਸੇ ਦਾ ਟੱਕਰ ਵੀ ਚੱਕ ਵਾਲੇ ਮੁੰਡੇ ਆਏ ਤੇ ਕਹਿੰਦੇ ਕੌਂ ਕਿਆ ਇੱਕ ਮਿੰਟ ਹਾਂਜੀ ਹਾਂਜੀ ਵੀਰੇ ਜਿੰਨਾ ਬਰਦਾ ਇਹ ਮੈਚ ਤੋਂ ਬਾਅਦ ਕਰਦੇ ਸੱਟ ਆਪਾਂ ਬੱਲੇ ਜੀ ਉਹ ਤਾਂ ਵਧੀਆ ਜਿੰਨਾ ਪਰ ਵੀ ਜਿੰਨਾ ਕਹਿੰਦੇ ਗੱਭਰੂ ਸ਼ਿਆਰ ਓਕੇ ਜੀ ਓਕੇ ਨੱਥੂ ਵਾਲਾ ਗਰਮੀ ਤੋਂ ਵੱਡੀ ਗਿਣਤੀ ਸੰਗਤ ਜਿਹੜੀ ਵੀ ਲਾਈਵ
ਛੇ ਤੇ ਸੱਤ ਮਾਰਚ ਤੱਕ ਕਿੱਥੇ ਹੈ ਨੀ ਵੀਰੇ ਟੂਰਨਾਮੈਂਟ ਕੋਈ, ਕੁਲਵਿੰਦਰ ਮਾਨ ਹੈ ਨੀ ਵੀਰੇ ਕੋਈ ਟੂਰਨਾਮੈਂਟ ਛੇ ਤੇ ਸੱਤ ਮਾਰਚ ਦਾ। ਬਿੰਦਰ ਡਾਡੇ ਨੂੰ ਕਿਉਂ ਇੱਕ ਮਿੰਟ ਜੀ, ਇੱਕ ਮਿੰਟ ਵੇਟ ਕਰੋ। ਕੁਲਵਿੰਦਰ ਮਾਨ ਰਮਣਾ ਰਣੀਆ ਮਿੱਠੂ ਪੁੱਜ ਗਿਆ, ਜਸ਼ਨ ਹੋਣੀ ਆ ਗਿਆ, ਅੱਜ ਕਹਿੰਦੇ ਬਾਬੂ ਨੂੰ ਲੈ ਕੇ ਆਏ ਮੁੰਡੇ। ਨਹੀਂ ਮੇਰੇ ਕੋਲ ਫਿਲਹਾਲ ਚੱਲੀ ਜਾਂਦਾ, ਸਹੀ ਚੱਲੀ ਜਾਂਦਾ, ਉਹ ਨੀ ਕੋਈ ਚੱਕਰ, ਪਰ ਆਪਾਂ ਪਰਫੈਕਟ ਰੱਖਣਾ ਨਾ ਕੰਮ, ਸਮਝੇ ਨਾ ਮੇਰੀ ਗੱਲ, ਵੀ ਸਟਾਈਲ ਨਹੀਂ ਵੱਜਣਾ ਚਾਹੀਦਾ ਵਿੱਚ, ਪਰ ਪਰਫੈਕਸ਼ਨ ਰੱਖਣੀ ਹੁੰਦੀ ਹੈ, ਸਮਝ ਗਿਆ ਨਾ ਮੇਰੀ ਗੱਲ ਵੀ ਯਾਰ, ਤੂੰ ਸਮਝ ਬਿੰਦਰ ਗੱਲ, ਵੀ ਆਪਾਂ ਪ੍ਰੋਫੈਸ਼ਨ ਰੱਖਣੀ ਪੂਰੀ, ਵੀ ਮਤਲਬ ਨੀ ਆਏ ਓਕੇ 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 ਕੁਲਵਿੰਦਰ ਮਾਨ ਬਾਈ, ਛੇ ਤੇ ਸੱਤ ਫ੍ਰੀ ਹੈ ਵੀਰੇ ਫਿਲਹਾਲ, ਮਾਨ ਸਾਹਿਬ ਰੱਖ ਸਕਦੇ ਹੋ ਤੁਸੀਂ, ਤੁਹਾਨੂੰ ਚਾਰ ਤੋਂ ਲੈ ਚਾਰ ਪੰਜ ਛੇ ਤੇ ਸੱਤ ਜਿਹੜੀ ਮਰਜ਼ੀ ਤਰੀਕ ਰੱਖ ਲਓ, ਤਿੰਨ ਦਾ ਵੀ ਟੂਰਨਾਮੈਂਟ ਹੈ, ਅੱਠ ਦਾ ਵੀ ਟੂਰਨਾਮੈਂਟ ਹੈ, ਬਾਕੀ ਸਾਰੇ ਅੱਗੇ ਪਿੱਛੇ ਟੂਰਨਾਮੈਂਟ ਹੈ ਤੁਹਾਡੇ, ਚਾਰ ਪੰਜ ਛੇ ਸੱਤ ਜਿਹੜੀ ਮਰਜ਼ੀ ਡੇਟ ਰੱਖ ਲਓ ਵੀਰੇ। ਮਾਨ ਸਾਹਿਬ ਪੇਜ 'ਤੇ ਨਾ ਆਪਣੇ ਪੇਜ 'ਤੇ ਡੇਟਾਂ ਪਾਈਆਂ ਵੀ ਹੈ, ਲੁੱਡੀ ਦਾ ਮੈਚ ਵੀਰੇ ਵੇਟ ਕਰੋ, ਵੇਟ ਨਹੀਂ ਚੱਲਿਆ ਜੀ, ਲੁੱਡੀ ਦਾ ਮੈਚ ਨਹੀਂ ਚੱਲਿਆ, ਕਰਾਂਗੇ ਅਪਡੇਟ। ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ, 14-17 ਤਿੰਨਾਂ ਦੇ ਪੁਆਇੰਟਾਂ ਦਾ ਕਹਿੰਦੇ ਫਰਕ ਆ ਗਿਆ ਸਰਵਿਸ ਕਰਨ ਲਈ, ਆਓ ਬੁੱਢੇ ਕਹਿੰਦੇ ਤਿਆਰ ਵਰ ਤਿਆਰ ਨਹੀਂ। ਬਾਅਦ ਲਾਈਵ ਕੱਟ ਕੇ ਚਲਾਵਾਂਗੇ, ਨੋਟ ਕਰੋ ਸਾਰੇ ਭਰਾ, ਇਹ ਮੈਚ ਤੋਂ ਬਾਅਦ ਲਾਈਵ ਕੱਟ ਕੇ ਚਲਾਵਾਂਗੇ, ਨੋਟ ਕਰਨਗੇ ਸਾਰੇ ਮੇਰੇ ਵੀਰ। ਕਿਉਂਕਿ ਨੈਟਵਰਕ ਨਾ ਵੈਜ ਵੈਜਦੀ ਥੋੜਾ ਥੋੜਾ ਕੱਟ ਜਾਂਦਾ, ਇਧਰਲੇ ਪਾਸੇ ਖੁਸ਼ਦੀਪ ਫੇਰ ਨੰਬਰ ਦਾ ਵਾਧਾ ਕਰ ਗਿਆ ਆਪਣੀ ਟੀਮ ਦੇ ਲਈ, ਔਰ ਹੌਲੀ ਹੌਲੀ ਕਰਕੇ ਫਰਕ ਕਹਿੰਦੇ ਵਾਧਾ ਤੁਰਿਆ ਜਾਂਦਾ ਹੈ। ਤਾਂ ਕਿ ਦੱਸ ਵੀਰੇ
ਪੁਆਇੰਟ ਵੀਰੇ ਕਿੰਨੇ ਪੁਆਇੰਟ? 3-9 ਆ ਜੀ, 3 ਨੱਥੂ ਵਾਲਾ ਕਰ ਵੀ 9 ਪੁਆਇੰਟ ਘੱਟਿਆਂ ਵਾਲੀ। ਬਲਾਡੇ ਕੋਲੇ ਜਵਾਰਕੇ ਨੂੰ ਜਾਂਦਾ ਸੀ ਨਾ ਮੂਸੇ ਵਾਲਾ, ਉਹ ਰੋਡ ਜਵਾਰਕਿਆਂ ਤੋਂ ਅਗਲੇ ਅਗਲੇ ਇੱਕ ਦੋ ਪਿੰਡ ਮੂਸੇ ਵਾਲਾ ਹੈ। ਸਾਨੂੰ ਤਾਂ ਸਿੱਧਾ ਹੀ ਇੱਧਰ ਦੀ ਰੋੜੀ ਕੀ ਲੈਣ ਜਾਣਾ ਬਾਬਾ ਆਪਾਂ? ਰੋੜੀ ਕੀ ਲੈਣ ਜਾਣਾ? ਕੱਟ ਮੋੜ ਕੇ ਹੰਡਿਆਈ ਨੂੰ ਮੋੜ ਕੇ ਜਿਹੜਾ ਉਹ ਤਾਂ ਪਤਾ, ਬਲਾਡੇ ਨੂੰ ਜਾਂਦਾ ਜਿਹੜਾ ਰੋਡ, ਬਲਾਡੇ ਤੋਂ ਸਿੱਧਾ ਜਾਣਾ ਉਹ ਮਾਨਸੇ ਨੂੰ ਜਾਂਦਾ ਬਾਈ ਜਵਾਰ ਕੇ। ਫਿਰ ਮਾਨਸਾ ਉਹੀ ਰੋਡ ਜਾਓਗੇ, ਜਵਾਰਕਾਂ ਵਾਲੇ ਜਾਓਗੇ ਫਿਰ ਮਾਨਸਾ ਤੋਂ, ਜਵਾਰਕਾਂ ਵਾਲਾ ਰੋਡੀ ਜਾਓਗੇ ਮਾਨਸਾ, ਬਲਾਡੇ ਦੇ ਨਾਲ, ਬਲਾਡੇ ਦੇ ਨਾਲ ਆ ਬਾਈ। ਓਏ ਕੌਂਕਿਆਂ ਵਾਲਾ ਪਵਣਾ ਜੇ ਪੰਜਵਾਂ ਨਾਲ ਗ੍ਰਾਸ ਕਰਦਾ ਕਿਹਦੇ ਬਦਲਿਓ? ਲਾਈਵ ਦੁਬਾਰੇ ਚਲਾਵਾਂਗੇ ਵੀਰੇ, ਇਹ ਮੈਚ ਤੋਂ ਬਾਅਦ ਕੱਟ ਕੇ ਆ ਮੈਚ ਵੇਖੋ ਤੁਸੀਂ, ਕੋਈ ਚੱਕਰ ਨੀ, ਮਸਲਾ ਕੋਈ ਵੀ ਨੀ। ਮਸਲਾ ਇਹ ਹੈ ਵੀ ਪਰਫੈਕਟ ਲਾਈਵ ਹੋਣੇ ਚਾਹੀਦੇ ਹੈਗੇ, ਜਿੰਨੇ ਆਪਾਂ ਕਰਕੇ ਜਿੱਥੇ ਨੈਟਵਰਕ ਹੈਗਾ ਉੱਥੇ ਤਾਂ ਪਰਫੈਕਟ ਹੋਣੇ ਚਾਹੀਦੇ ਨਾ, ਜਿੱਥੇ ਨੈਟਵਰਕ ਹੁੰਦੇ ਉਹੀ ਤਾਂ ਮੈਂ ਕਹਿੰਦਾ। ਉਹ ਬਾਬਾ ਪਤਾ ਕੀ ਹੋਇਆ, ਮੇਰਾ ਇੱਕ ਜਿਹੜਾ ਸਿਮ ਸੀਗਾ ਉਹ 'ਤੇ ਰੀਚਾਰਜ ਕਰਨ ਵਾਲਾ ਰਹਿੰਦਾ ਸੀ, ਕਾਸ਼ ਸ਼ਰਾਵਤ, ਅਨਿਕੇਤ ਰਾਏ, ਪ੍ਰਦੀਪ, ਕੁਲਵਿੰਦਰ ਮਾਨ, ਬਾਬਾ ਧੰਨਵਾਦ ਸਾਰੇ ਮੇਰੇ ਭਰਾਵਾਂ ਦਾ। ਨੱਪੀ ਆਓ ਕਿੱਲੀ ਐ ਕਰਾਂਗੇ ਨਾ, ਅੱਜ ਇੱਥੇ ਰਹਿ ਪੈਣਾ, ਇੱਥੋਂ ਸਿੱਧੇ ਅਹਿਮਦਪੁਰ ਜਾ ਵੜਾਂਗੇ ਫਿਰ। ਪਰ ਤੁਸੀਂ ਲੇਟ ਆਓਗੇ, ਤੁਸੀਂ ਤਾਂ ਲੇਟ ਬਹੁਤ ਆਓਗੇ। ਜਸ਼ਨ ਮਾਨ ਵੀਰੇ ਇੱਕ ਮਿੰਟ ਪੁਆਇੰਟ ਦੱਸਦੇ, ਪੁਆਇੰਟ ਉੱਪਲਾ ਦੱਸ ਤਿੰਨ ਉਧਰ, ਦਸ ਇੱਧਰ, 3 ਪੁਆਇੰਟ ਘੱਟਾਂ ਵਾਲੀ ਤੇ 10, 3 ਨੱਥੂ ਵਾਲਾ ਕਰ ਵੀ ਉਧਰ। ਕਾਕੇ ਕੋਚ ਹੋਰੀ ਲਾਈਵ ਆ ਭਰਾ ਆਪਣੇ, 11-3 ਸਾਈਡਾਂ ਚੇਂਜ, ਇੱਕੀਆਂ ਇੱਕੀਆਂ ਦੇ ਮੈਚ ਚੱਲ ਰਿਹਾ ਵੀਰੇ, 21-21। ਬਾਬਾ ਯਾਰ ਕੀ ਜਾਂਦੇ ਯਾਰ, ਲੈ ਕਾਲੇ ਨੂੰ ਗਿਣਦੇ ਨੀ, ਲੈ ਕਾਲਾ ਕੋਈ ਬੰਦਾ ਯਾਰ, ਲੈ ਦੱਸ ਯਾਰ। ਬਾਬਾ ਯਾਰ ਮਾੜੀ ਗੱਲ ਆ ਯਾਰ, ਮਾੜੀ ਗੱਲ ਆ ਯਾਰ, ਲਾਪੀ ਨੀ ਵੱਜਦੀ ਥੱਕ ਨਾ ਜਾਈ ਕੁੱਤਿਆਂ।
ਕਰਿਓ ਕਰਿਓ ਵੀਰੇ ਸ਼ੇਅਰ ਕਰਿਓ ਮੇਰੇ ਭਰਾ ਖਿੱਚ ਕੇ ਖਿੱਚ ਕੇ ਸਾਹਮਣੇ ਉਧਰ ਨੱਥੂ ਵਾਲਾ ਕਰ ਵੀ ਮੈਚ ਤਕੜਾ ਕੀ ਗੱਲ ਚੱਲ ਹਾਂ ਅਮਨੇ ਹਾਂਜੀ ਸਤਿ ਸ੍ਰੀ ਅਕਾਲ ਅਮਨਦੀਪ ਮੈਂ ਯਾਰ ਤੈਨੂੰ ਫੋਨ ਹੁਣ ਯਾਦ ਆਇਆ ਮੇਰੇ ਮੈਂ ਤਾਂ ਫੋਨ ਲਾਉਣਾ ਹੀ ਭੁੱਲਿਆ ਬੈਠਾ ਤੈਨੂੰ ਅਮਨੇ ਕੋਈ ਗੱਲ ਨੀ ਜਿੱਤਾਂ ਟੈਨਸ਼ਨ ਨਾ ਲੈ ਉਹ ਮੈਂ ਉਹਦੇ ਦਾ ਲਗਾਤਾਰ ਟੂਰਨਾਮੈਂਟਾਂ ਤੇ ਆ ਅਮਨੇ ਅਗਲਾ ਮੈਚ ਭੈਣੀ ਬਾਈਆਂ ਦੇ ਚੱਕਰਾਂ ਲੱਗੀ ਨੀ ਟੀਮਾਂ ਦੀ ਟੀਮਾਂ ਦੇ ਖਿਡਾਰੀ ਬਿਲਕੁਲ ਜਿਹੜੇ ਨੇੜੇ ਰਹਿਣਗੇ ਕਿਸੇ ਵੀ ਟੀਮ ਦਾ ਅੜਕੇ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਊਗਾ ਇਹ ਖਿਡਾਰੀ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਡੇਰੇ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣਗੇ ਗੋਲ ਕਰਦਾ ਤਾਂ 300 ਰੁਪਇਆ ਜਿਹੜੇ ਭਰਾਵਾਂ ਨੇ ਕਾਫੀ ਦਿਨਾਂ ਤੋਂ ਲੈ ਕੇ ਮਿਹਨਤ ਕੀਤੀ ਅੱਜ ਦੇ ਇਸ ਟੂਰਨਾਮੈਂਟ ਦੇ ਲਈ ਬਹੁਤ ਵੱਡੀ ਹਾਜ਼ਰੀ ਭਰੀ ਹੋਈ ਹੈ ਬਾਰਾਂ ਤੇ ਚਾਰ ਅੱਠਾਂ ਪੁਆਇੰਟਾਂ ਦੀ ਕਦੇ ਵੱਡੀ ਲੀਡ ਹੈ ਔਰ ਨੰਬਰ 13 ਜੋੜਨ ਦੇ ਲਈ ਮੁੰਡੇ ਤਿਆਰ ਬਰ ਤਿਆਰ ਨੇ ਕੱਟਿਆ ਵਾਲੀ ਪਿੰਡ ਦੇ ਤੱਬੂ ਨੇ ਬੜਾ ਸੋਹਣਾ ਪੁਆਇੰਟ ਜੋੜ ਦਿੱਤਾ ਆਪਣੀ ਟੀਮ ਦੇ ਲਈ ਵੀ ਜਿਗਰਾ ਦਲੇਰ ਤੇ ਪੂਰੀ ਬਾਬੇ ਦੀਆਂ ਦੇਰ ਔਰ ਸ਼ੇੜੀ ਬਾਟੇ ਦੇ ਥਾਪੀ ਤੇ ਬਾਪੂ ਆਖਦਾ ਹੈ ਸ਼ੇਰ ਸੁੱਖੀ ਲੋਕੋ ਲਿਖੇ ਸਾਡੀ ਜਾਨ ਵਾਲੇ ਕਿਸੇ ਹੈ ਤੇ ਪਾਣੀ ਬੰਗ ਦੇ ਪਿਛਾਂ ਵੱਲ ਮੋੜ ਦਿੰਦੇ ਹਾਂ ਔਰ ਮਿੱਤਰਾਂ ਦੀ ਹਿੰਡ ਹਿੰਗ ਦੇਣ ਵਰਗੀ ਹੈ ਬੰਦੇ ਪੱਕੀਆਂ ਫਿਰਾਂ ਲੈ ਜਾਂਦੇ ਆ ਭੋਲ ਦਿੰਦੇ ਆ ਮਿੱਤਰਾਂ ਦੀ ਹਿੰਡ ਹਿੰਗ ਦੇਣ ਵਰਗੀ ਹੈ ਬੰਦੇ ਪੱਕੀਆਂ ਫਿਰਾਂ ਲੈ ਜਾਂਦੇ ਆ ਔਰ ਭੋਲ ਦਿੰਦੇ ਆ ਕਮਾਲ ਕਹਿੰਦੇ ਹੋ ਗਈ ਆ ਖੇਡ ਦੇ ਮੈਦਾਨ ਚ ਇਧਰ ਬਣਾਈਆਂ ਵਾਲਾ ਰਿੰਕੂ ਹੈ ਘੱਟਿਆਂ ਵਾਲੀ ਵਾਲਾ ਖੁਸ਼ਦੀਪ ਔਰ ਮੁੰਡੇ ਕਹਿੰਦੇ ਖੇਡ ਦੇ ਮੈਦਾਨ ਚ ਲਗਾਤਾਰ ਬਾਲਾਂ ਲਾਈ ਤੁਰੇ ਆਉਂਦੇ ਆ ਵਧੀਆ ਮੈਚ ਖੇਡਿਆ ਜਾ ਰਿਹਾ ਗਰਾਊਂਡ ਨੰਬਰ 1 ਚ ਅਗਲੀਆਂ ਟੀਮਾਂ ਵੀ ਕਿਰਪਾ ਕਰਕੇ ਰੈਡੀ ਹੋ ਜਾਣਗੀਆਂ ਇਧਰ ਖੁਸ਼ਦੀਪ ਨੰਬਰ 1 ਗੋਪਮਾਨ ਆਇਆ ਵੀਰੇ ਆਇਆ ਬਿਲਕੁਲ
ਉਧਰ ਦੋ ਨੰਬਰ ਗਰਾਊਂਡ ਵਿਚ ਵੀ ਸੋਹਣਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ। ਕਾਫੀ ਲੰਬਾ ਟਾਈਮ ਹੋ ਗਿਆ ਮੁੰਡੇ ਖੇਡੀ ਜਾਂਦੇ ਉਧਰ ਵੀ। ਇੱਕ ਪਾਸੇ ਚੱਕਲਾਂ ਦੀ ਟੀਮ ਆ ਬੱਲੇ, ਰਾਜੂ ਨੇ ਕਈ ਪੁਆਇੰਟ ਜੋੜਤੇ ਆਪਣੀ ਟੀਮ ਦੇ ਲਈ। ਲੈ ਵੀ ਯਾਰ ਤਾੜੀ ਦਾ ਮਾਰ ਦੋ ਭੱਟੀਆਂ ਵਾਲੇ ਰਾਜੂ ਦੇ ਲਈ, ਮੇਰਾ ਵੀਰ ਬਹੁਤ ਤਗੜੇ ਪੁਆਇੰਟ ਜੋੜੀ ਹੁੰਦਾ ਉਧਰ ਭੱਟੀਆਂ ਵਾਲੇ, ਕਹਿੰਦੇ ਰਾਜੂ ਨੇ ਨੰਬਰ ਕਈ ਜੋੜ ਦਿੱਤੇ ਆਪਣੀ ਟੀਮ ਦੇ ਲਈ। ਸਰਪ੍ਰੀਤ ਕਿੰਨੇ ਪੁਆਇੰਟ? ਠੀਕ ਹੈ। ਲੈ ਵੀ ਬਰਾਬਰੀ ਦੇ ਮੈਚ ਖੇਡਿਆ ਜਾ ਰਿਹਾ, 19-19 ਨੰਬਰ ਹੈ। ਠੀਕ ਹੈ, ਨੰਬਰ ਲਾਸਟ ਆ ਗਿਆ ਜਿਹਦਾ ਬਾਈ ਜੀ, ਮੋਟਰਸਾਈਕਲ ਸਾਈਡ ਤੇ ਕਰ ਲਓ ਬਾਈ ਜੀ, ਉਧਰ ਟੈਂਕੀ ਲੈ ਕੇ ਆਉਣੀ ਵੀਰਾਂ ਨੇ, ਮੋਟਰਸਾਈਕਲ ਜਿਹੜੇ ਵੀਰਾਂ ਦੇ ਉਧਰ ਵਿਚਾਲੇ ਖੜੇ ਸਾਈਡ ਤੇ ਕਰ ਲਓ ਬਾਈ। ਇਧਰ ਲਾਸਟ ਨੰਬਰ ਆ ਗਿਆ ਜੀ, ਬਾਸੀਆਂ ਸ਼ੈਰੀ ਤੇ ਗੰਟੂਆਂ ਦਾ ਮੈਚ ਖੇਡਿਆ ਜਾਣਾ ਬਾਈ। ਉਪਮਾਨ ਵੀਰੇ ਕਰ ਲੈ ਅਪਡੇਟ, ਕਿਹੜੀ ਟੀਮ ਦਾ ਵੇਟ ਕਰੋ, ਬਾਸੀਆਂ ਦਾ ਸ਼ੈਰੀ ਉਪਮਾਨ ਦਾ ਕਰ ਲੈ ਅਪਡੇਟ, ਕਿਹੜੀ ਟੀਮ ਦਾ ਵੇਟ ਕਰੋ, ਵੇਟ ਮੇਰਾ ਬਾਈ ਬਾਈ ਜੀ। ਗੰਟੂਆਂ ਦੀ ਟੀਮ ਦਾ ਇੱਕ ਪਲੇਅਰ ਆਓ ਇੱਧਰ ਮੇਰਾ ਵੀ, ਪਹਿਲਾਂ ਗੰਟੂਆਂ ਦੀ ਟੀਮ ਦਾ ਕੋਈ ਵੀ ਇੱਕ ਖਿਡਾਰੀ ਵੀਰੇ ਆਓ, ਨਹੀਂ ਦੇਣੀ ਐਂਟਰੀ ਵੀ ਬਾਈ, ਉਹ ਕਹਿੰਦੇ ਨਹੀਂ ਦੇਣੀ ਐਂਟਰੀ ਜੰਟੀ, ਉਹ ਕਹਿੰਦੇ ਨਹੀਂ ਅਸੀਂ ਨੀ ਦੇਣੀ ਐਂਟਰੀ ਮੇਰਾ ਜੀ। ਕਮਾਲ ਆ, ਮੈਨੂੰ ਕਹਿੰਦਾ ਹੱਥ ਮਾਰੀ ਜਾਣਾ ਕਿ ਗੱਲ ਕਰ ਮੇਰਾ ਵੀ। ਉਦੋਂ ਦੀ ਗੱਡੀ ਜੀ ਕਹਿੰਦੇ ਗੱਡੀ ਦਾ ਦੋ ਮਿੰਟਾਂ ਦੀ ਵਾਟ, ਅੱਧਾ ਮੈਚ ਪਹਿਲਾਂ ਨਿਬੜਿਆ ਉਹਨਾਂ ਦਾ ਕਈ ਵੱਜ ਜਾਂਦੇ ਆ। ਹੈਲੋ ਗੱਡੂ ਵਾਲੇ ਵੀਰ ਨੂੰ ਵੀਰੇ ਪਹਿਲਾਂ ਗਿਆ ਵਾ ਵੀਰੇ, ਐਂਟਰੀ ਦੇ ਕੇ ਜਾਓ ਵੱਡੇ ਵੀਰੇ, ਬੜੇ ਪਿਆਰ ਸਤਿਕਾਰ ਨਾਲ ਆਪਾਂ ਕਹਿ ਰਹੇ ਹਾਂ, ਆ ਜਾਓ ਵੀਰੇ। ਨਾਲੀ ਵੀਰ ਕਹਿੰਦੇ ਪਹਿਲਾਂ ਭਾਵੇਂ ਗੂਗਲ ਪੇ ਕਰ ਦਿਓ ਆ ਕੇ, ਬਾਸੀਆਂ ਸ਼ੈਰੀ ਦੀ ਟੀਮ ਆ ਗਈ ਵੀਰੇ, ਦੱਸੋ ਜੀ ਖੜਾ ਕਰਕੇ ਬਾਸੀਆਂ ਸ਼ੈਰੀ ਓਕੇ ਮੇਰਾ ਵੀ। ਸ਼ਾਲੂ ਨਹੀਂ ਆਇਆ ਵੀਰੇ, ਹਰਪ੍ਰੀਤ ਗੁਰਵੀਰ ਕਲਾਹਾਰ ਪਨੇਰੀ ਟੀਮ ਨਹੀਂ ਆਈ, ਉਹ ਵੀ ਗਰਾਊਂਡ ਵਿੱਚ ਆ ਜਾਏ ਗੁਰਵੀਰ ਕਲਾਹਾਰ, ਪੇਜ ਨੂੰ ਜ਼ਰੂਰ ਫੋਲੋ ਕਰ ਲਿਆ ਕਰੋ ਮੇਰੇ ਬਾਈ ਗੁਰਵੀਰ ਕਲਾਹਾਰ, ਜਿੱਥੇ ਪਨੇਰੀ ਟੀਮ ਨਹੀਂ ਆਈ ਵੀਰੇ, ਉਹ ਵੀ ਦੋ ਨੰਬਰ ਗਰਾਊਂਡ ਦੇ ਵਿੱਚ ਆ ਜਾਏ। ਲੈ ਵੀ ਪਹਿਲਾਂ ਭੱਟੀਆਂ ਦੀ ਟੀਮ ਜਿੱਤ ਗਈ ਨਾ ਰਾਜੂ, ਕਰਾਓ ਮੈਚ ਮੇਰਾ ਵੀ, ਕਰਾਈ ਮੈਚ ਮੇਰਾ ਵੀ। ਬਾਸੀਆਂ ਦੀ ਰਾਈਟ ਸਾਈਡ ਤੇ ਬਾਸੀਆਂ ਸ਼ਹਿਰੀ ਦੀ ਜੱਜ ਬੋਦੀ ਵਾਲਾ, ਜੱਜ ਬੋਦੀ ਵਾਲਾ ਗੰਡੂ ਵਾਲੇ ਮੁੰਡੇ ਬਈ, ਜਿੰਨਾ ਹੁੰਦਾ ਰਿਪਲਾਈ ਕਰਦੇ ਆ ਮੇਰੇ ਵੀਰ, ਐਡਜਸਟ ਕਰ ਲਿਆ ਕਰੋ ਮੇਰੇ ਭਰਾ ਬਣ ਕੇ, ਕਈ ਵਾਰੀ ਕਮੈਂਟ ਨਹੀਂ ਪੜਿਆ ਜਾਂਦਾ ਉਹਦੇ ਲਈ ਮਾਫੀ, ਜਿੰਨਾ ਹੁੰਦਾ ਰਿਪਲਾਈ ਕਰਦੇ ਆ, ਲਗਾਤਾਰ ਟੂਰਨਾਮੈਂਟ ਚੱਲ ਰਹੇ ਆ, ਰਿਪਲਾਈ ਕਰੀ ਜਾਂਦੇ ਮੇਰੇ ਵੀਰ ਸੁਣਿਆ। ਭਨੇਰੀ ਨਹੀਂ ਆਈ ਵੀਰੇ, ਨਹੀਂ ਆਈ ਜਿੰਨਾ ਹੁੰਦਾ ਆਪਾਂ ਰਿਪਲਾਈ ਕਰਦੇ ਆ ਆਪਣੇ ਨਾਲੋਂ, ਨਹੀਂ ਮੈਨੂੰ ਲੱਗਦਾ ਕੋਈ ਮੇਰਾ ਭਰਾ, ਜਿੰਨਾ ਹੁੰਦਾ ਆਪਾਂ ਵੱਧ ਤੋਂ ਵੱਧ ਕਰਦੇ, 95% ਆਪਾਂ ਕਮੈਂਟ ਪੜ੍ਹਦੇ ਹਾਂ, ਜੇ ਕੋਈ ਇੱਕ ਕਮੈਂਟ ਮੇਰਾ ਵੀਰ ਰਹਿ ਜਾਂਦਾ ਹੁੰਦਾ ਉਹਦੇ ਲਈ ਐਡਜਸਟ ਕਰ ਲਿਆ ਕਰੋ ਯਾਰ ਬਈ, ਗਾਂਹ ਵਾਲੇ ਬੰਦੇ ਦੀ ਸਿਚੁਏਸ਼ਨ ਦੇਖੋ ਕੀ ਸਥਿਤੀ ਕੀ ਹੋ ਸਕਦੀ ਹੈਗੀ।
ਆਪਾਂ ਕਦੇ ਵੀ ਐਂ ਨਹੀਂ ਕਦੇ ਕਿਸੇ ਨਾਲ ਕੀਤਾ, ਆਪਾਂ ਸਾਰਿਆਂ ਦੇ ਕਮੈਂਟ ਪੜ੍ਹੀ ਦੇ ਆ, ਕੋਈ ਨਹੀਂ ਰਹਿ ਜਾਂਦਾ ਹੁੰਦਾ ਕਈ ਵਾਰੀ ਉਹਦੇ ਲਈ, ਥੋੜ੍ਹਾ ਜਿਹਾ ਐਡਜਸਟ ਕਰ ਲਿਆ ਕਰੋ ਵੀ ਕੋਈ ਗੱਲ ਨਹੀਂ, ਪੜ੍ਹੇ ਜਾਣੇ ਕਮੈਂਟ ਵੀ ਸਾਰੇ ਬੜੇ ਸਾਰਿਆਂ ਦੇ ਪੜ੍ਹੇ ਜਾਣੇ ਹੁੰਦੇ ਆ। ਅੱਜ ਇੱਥੇ ਜਿਹੜਾ ਮੇਰਾ ਦੂਜਾ ਜਿਹੜੇ ਇਹ ਨਹੀਂ ਵੀ ਕਮੈਂਟ ਜਿਹੜਾ ਲਾਈਵ ਚੱਲੀ ਜਾਂਦਾ ਇਹ ਤੋਂ ਆਪਾਂ ਵੇਖ ਕੇ ਪੜ੍ਹਦੇ ਹਾਂ, ਜਿਹੜਾ ਦੂਜਾ ਫੋਨ ਆ ਮੇਰੇ ਕੋਲ ਸੈਕਿੰਡ ਫੋਨ ਆ ਜਿਹੜਾ ਉੱਥੋਂ ਕਮੈਂਟ ਪੜ੍ਹੀ ਦੇ, ਉਹ ਫੋਨ ਦਾ ਡਾਟਾ ਘੱਟ ਆ ਜੀ, ਉਹ ਫੋਨ ਦਾ ਨੈਟਵਰਕ ਘੱਟ ਆ। ਕੈਪਰ ਜੈਪੀ ਤੇ ਥੰਬਨਾ ਦੀ ਟੀਮ ਦਾ ਮੈਚ ਖੇਡਿਆ ਜਾਊਗਾ। ਆਲਦਰਲੇ ਪਾਸੇ ਖੁਸ਼ਦੀਪ ਨੇ ਇੱਕ ਹੋਰ ਤਗੜਾ ਪੁਆਇੰਟ ਜੋੜਤਾ ਆਪਣੀ ਟੀਮ ਦੇ ਲਈ। ਸੁਨੇਹਾ ਕਿੰਨੇ ਕੋ ਜੀ? ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸੰਦੀਪ ਭਾਦੂ। ਚੁੱਗੇ ਵਾਲੇ ਨਹੀਂ ਆਏ ਬਈ, ਮੇਰੇ ਖਿਆਲ ਚ ਯਾਰ ਮੁੰਡੇ ਨਹੀਂ ਆਏ। ਤੁਹਾਨੂੰ ਸੰਦੀਪ ਭਾਦੂ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸੰਦੀਪ ਕੀ ਹਾਲ ਆ ਵੀਰੇ? ਜ਼ਖਮ ਬਣੇ ਪਏ ਬੋਲ ਬੋਲ ਕੇ ਗੱਲ ਚ ਯਾਰ ਕਈ ਦਿਨਾਂ ਦੇ। ਇੱਧਰ ਘੱਟਿਆਂ ਵਾਲੀ ਕੈਮਰੇ ਸਾਹਮਣੇ ਲੀਡ ਤੇ ਰਹੀ ਮੈਂ, ਉੱਧਰ ਨੱਥੂ ਵਾਲਾ ਕਰ ਵੀ ਇੱਕ ਹੀ ਨੰਬਰਾਂ ਦੀ ਗੇਮ ਆ ਬਈ। ਕੁਲਦੀਪ ਨਹੀਂ ਆਇਆ, ਕੁਲਦੀਪ ਮੇਰੇ ਖਿਆਲ ਚ ਨਹੀਂ ਆਇਆ, ਜੇ ਆਇਆ ਤਾਂ ਕਰਾਂਗੇ ਅਪਡੇਟ। ਨਹੀਂ ਆਇਆ ਕੁਲਦੀਪ, ਕਿਰਤਾ ਬਾਕੀ ਦੇਖ ਲੈਂਦੇ ਹਾਂ, ਜੇ ਆਇਆ ਹੋਇਆ ਤਾਂ ਦੱਸਾਂਗੇ ਤੁਹਾਨੂੰ। ਸੰਦੀਪ ਭਾਦੂ, ਨੂਰੀ ਚੁੱਗਾ, ਬਹੁਤ ਬਹੁਤ ਧੰਨਵਾਦ। ਵਧੀਆ ਕਰੋ ਸ਼ੇਅਰ ਇਹ ਮੈਚ ਤੋਂ ਬਾਅਦ, ਲਾਈਵ ਦੁਬਾਰੇ ਚਲਾਵਾਂਗੇ, ਕੱਟ ਕੇ ਚਲਾਵਾਂਗੇ ਲਾਈਵ। ਬੜੀ ਸੋਹਣੀ ਖੇਡ ਦਾ ਮਾਲਕ ਬਣ ਗਿਆ ਹੈ, ਕਿਉਂਕਿ ਮਿਹਨਤ ਜਿਹੜੀ ਵੱਡੀ ਕੀਤੀ ਉਸ ਖਿਡਾਰੀ ਦੀ, ਔਰ ਨਾਲ ਮੈਂ ਤੱਕਣਾ ਵੀ ਅਜੇ ਖੇਡਦਾ ਹੈ, ਔਰ ਨਾਲ ਪੁਰਾਣਾ ਮੁੰਡਾ ਕਹਿੰਦੇ ਜੱਸੂ ਖੇਡਦਾ ਵੱਡਾ ਤੇਰਦਾ ਖੇਡ ਵਾਲੀਬਾਲ ਦਾ, ਪਰ ਇੱਧਰ ਬੋਧੀ ਵਰਗੇ ਜੱਜ ਵਰਗੇ ਔਕਾਂ ਦੇ ਧੱਕਿਆਂ ਪਿੰਡ ਦੇ ਪੱਬੂ ਵਰਗੇ ਇਹ ਵੀ ਮੁੰਡਿਆਂ ਦੀ ਕਹਿੰਦੇ ਚੱਲਦੇ ਟਾਈਮ ਦੇ ਉੱਤੇ ਤੂਤੀ ਬੋਲਦੀ ਆ ਆਪਣੀ ਟੀਮ ਦੇ ਲਈ ਹੈਪੀ
ਕੋਈ ਤਾਂ ਗੱਲ ਆ ਬਾਬਾ, ਛੱਡਣ ਨਾਲ ਨੀਂਦ ਨੀ ਪੂਰੀ, ਸੌ ਜਾਈਦਾ ਇਹ ਤਾਂ 4-5 ਘੰਟੇ ਭੁਪਿੰਦਰ ਸਰੀਰ ਉਧਰ ਦੱਸੂ ਕਹਿੰਦਾ ਹੈਪੀ ਲਾਦੇ ਬਾਬਾ ਪਾਸੇ 17 ਨੰਬਰ ਆ ਜਿਹੜੇ ਘੱਟਿਆਂ ਵਾਲੇ ਦੀ ਟੀਮ ਦੇ 17 ਪਰ ਲੀਡ ਇੱਥੋਂ ਵੀ ਹੈ, ਪੱਟੀ ਜਾ ਸਕਦੀ ਹੈ ਦੂਜੀਆਂ ਯਾਰ, ਆਓ ਲਾ ਕੋਈ ਬਾਹਰ ਤੈਨੂੰ ਫੇਰ ਵੰਡੀਏ, ਤੂੰ ਹੀ ਆਪਣੇ ਆਪ ਨੂੰ ਖੱਬੀ ਖਾਣਾ ਕਰਾਉਣਾ ਹੈ। ਦਵਿੰਦਰ ਬਰਾੜ ਸਾਡਾ ਭਰਾ ਵਸਦਾ USA ਦੇ ਵਿੱਚ, ਉਹ ਕਦੇ ਪੱਟੀ ਦਿੱਤੀ ਹੈ ਜੱਜ ਨੂੰ, ਪਰ ਉਧਰ ਨੰਬਰ ਇੱਕ ਹੋਰ ਕਹਿੰਦੇ ਜੁੜ ਚੁੱਕਿਆ 8-17 ਬਾਈ ਯਾਰ ਕਰੋ ਮੈਂ ਸ਼ੁਰੂ ਦੋ ਨੰਬਰ ਜਾਣ ਬਾਈ 8-17 ਹੋ ਗਏ ਵੀਰੇ, ਉਧਰ 8-17 ਇਹ ਮੈਚ ਤੋਂ ਬਾਅਦ ਲਾਈਵ ਦੁਬਾਰੇ ਚਲਾਵਾਂਗੇ ਇੱਕ ਵਾਰੀ ਕੱਟ ਕੇ। ਆਊਟ ਆ ਜੀ, ਕਾਲੀ ਵਾਲੇ ਦਾ ਮੈਚ ਵੀਰੇ ਕਰਦੇ ਕਰਦੇ ਅਪਡੇਟ ਵੇਟ ਕਰਿਓ, ਕਾਲੀ ਵਾਲਾ ਤੇ ਖੰਜਰਵਾਲ ਦੀ ਡਾਂਗ ਖੜਕਣੀ ਹੈ, ਕਾਲੀ ਵਾਲਾ ਤੇ ਖੰਜਰਵਾਲ ਦੀ ਡਾਂਗ ਸਹਿਜ ਘੈਂਟ ਆ ਬੰਦਾ, ਆਓ ਬੱਲੇ ਲਵੀ ਇਧਰ ਬਾਲ ਦੇ ਦਿਓ ਗਰਾਊਂਡ ਨੰਬਰ 2 ਵੀ ਉਧਰ ਵੀ ਕਰ ਦੋ ਮੈਂ ਸ਼ੁਰੂ ਨਾਲ ਬਾਈ, ਇਸ ਤੋਂ ਬਾਅਦ ਕੈਲਪੁਰ ਜੈਪੀ ਦੇ ਥੰਮਣ ਵਾਲਾ ਇਹ ਮੁੰਡੇ ਬਾਈ 2 ਨੰਬਰ ਗਰਾਊਂਡ ਦੇ ਬਿਲਕੁਲ ਨੇੜੇ ਆ ਜੂਗੀ, ਕੈਲਪੁਰ ਜੈਪੀ ਦੇ ਥੰਮਣ ਵਾਲੀ ਟੀਮ ਦਾ ਮੈਚ 2 ਨੰਬਰ ਗਰਾਊਂਡ ਤੇ ਖੇਡਿਆ ਜਾਣਾ ਹੈ, 1 ਨੰਬਰ ਗਰਾਊਂਡ ਤੇ ਭੈਣੀ ਬਾਈ ਆ ਤੇ ਚੱਕ ਗਲਾਂ ਲੱਕੀ ਇਹ ਵੀ ਖਿਡਾਰੀ ਵੀ ਆਪਣੇ ਵੀਰੇ ਤਿਆਰੀ ਰੱਖਿਓ ਬੇਨਤੀ ਹੈ ਜੀ। ਜਸ ਰਾਮਗੜੀਆ ਬਾਬਾ ਧੰਨਵਾਦ ਵੀਰੇ, ਇਹ ਮੈਚ ਤੋਂ ਬਾਅਦ ਲਾਈਵ ਦੁਬਾਰੇ ਚਲਾਵਾਂਗੇ ਵੀਰੇ, ਕੱਟ ਕੇ ਪਟਾਕੇ ਬੜੇ ਪੈਣੇ, ਪ੍ਰਬੰਧ ਬਹੁਤ ਤਕੜੇ ਕੀਤੇ ਮੁੰਡਿਆਂ ਨੇ, ਭਨੋੜ ਵਾਲੇ ਮੁੰਡਿਆਂ ਨੇ ਸਿਰਾ ਕਰਾਇਆ ਦਾ, ਟੌਪ ਦਾ ਟੂਰਨਾਮੈਂਟ ਲੀਕ ਤਾਂ ਮੁੰਡਿਆਂ ਨੇ, ਤਕੜੇ ਮੈਚ ਚੱਲ ਰਿਹਾ ਭੈਣੀ ਬਾਈ ਅਤੇ ਚੱਕਲਾਂ ਲੱਕੀ ਦਾ ਮੈਚ, ਇਸ ਤੋਂ ਬਾਅਦ ਗੱਲਾਂ ਲੱਗਣੀਆਂ ਟਿਕਾਣੇ ਅਗਲੇ ਮੈਚ ਵੀ, ਭੈਣੀ ਵਾਲੇ ਵੀ ਐਨ ਦੱਸੀਏ ਸੋਨੀ ਕਿਹੜੇ ਕਿਹੜੇ ਪਲੇਅਰ ਆ, ਹੌਲਦਾਰ ਚੱਕਲਾਂ ਤੇ ਪਹਿਲੀ ਭੈਰੋ ਮੁੰਨੇ ਵਾਲਾ ਹੌਲਦਾਰ ਖੇਡੂ ਵੀਰੇ ਚੱਕਾਂ ਭੈਣੀ ਚੱਕਲਾ ਮੈਚ, ਚੱਕਾਂ ਵਾਲੇ ਹੌਲਦਾਰ ਨੇ ਖੇਡਣ, ਲਾਈਵ ਦੁਬਾਰੇ ਚਲਾਵਾਂ ਕੱਟ ਕੇ ਆਪਾਂ, ਇਹ ਮੈਚ ਤੋਂ ਬਾਅਦ ਵੇਟ ਕਰਿਓ ਮਾੜੇ ਜਿਹਾ, ਮਰਾੜੀ ਕਿੱਥੇ ਜੜਦਾ, ਮਰਾੜੀ ਨੂੰ ਤਾਂ ਕਹਿਣ ਦੀ ਲੋੜ ਹੀ ਨੀ, ਸਿਰਾ ਡਿਫੈਂਸ ਮੁੰਡਿਓ ਹੈ ਤੇਰੇ ਪਹਾੜ ਤੇ ਪੱਥਰ ਪੱਥਰ ਪਹਾੜ ਤੇ ਪਹਾੜ ਤੇ ਪੱਥਰ ਟੂਰਨਾਮੈਂਟ ਦੇ ਜਿਹੜੇ ਬੈਸਟ ਖਿਡਾਰੀ ਨਿਕਲਣਗੇ ਉਹਨਾਂ ਦੇ ਲਈ ਪ੍ਰਬੰਧਕੀ ਕਮੇਟੀ ਵਾਲੇ ਵੀਰਾਂ ਦੇ ਵੱਲੋਂ ਵਧੀਆ ਜਿਹੜੇ ਸ਼ਾਨਦਾਰ ਕੱਪ ਤਿਆਰ ਕੀਤੇ ਹੋਏ ਨੇ, ਪਰ ਨਾਲ
ਜਿਹੜਾ ਬੈਸਟ ਸ਼ੂਟਰ ਸੀਗਾ ਅੱਜ ਇਸ ਟੂਰਨਾਮੈਂਟ ਦਾ ਉੱਤਮ ਖਿਡਾਰੀ ਐਲਾਨਿਆ ਜਾਣਾ ਹੈ। ਔਰ ਉਹ ਭਰਾ ਨੂੰ ਸਾਡੇ ਭਰਾ ਸਿੰਮੀ ਦੀ ਯਾਦ ਵਿੱਚ ਔਰ ਸੱਜਣਾ ਮਿੱਤਰਾਂ ਦੇ ਵੱਲੋਂ ਜਿਹੜਾ ਸਾਈਕਲ ਦਿੱਤਾ ਜਾਵੇਗਾ, ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ ਅੱਜ ਦੇ ਇਸ ਬੈਸਟ ਖਿਡਾਰੀਆਂ ਦੇ ਲਈ। ਵੱਡੇ ਮਾਨ ਸਨਮਾਨ ਜਿਹੜੇ ਸਾਡੀ ਕਮੇਟੀ ਦੇ ਵੱਲੋਂ ਰੱਖੇ ਗਏ ਹੈ, ਬਹੁਤ ਬਹੁਤ ਧੰਨਵਾਦ ਹੈ। ਇੱਧਰ ਮੀਨੇ ਵਾਲੀ ਪਿੰਡ ਦਾ ਹੈਪੀ ਆਊਟਾਂ ਦੇ ਸੈਂਟਰ ਦੇ ਵਿੱਚ ਆ ਗਿਆ ਹੈ ਤੇ ਕਹਿੰਦੇ ਹੌਲੀ ਹੌਲੀ ਕਰਕੇ ਮੁੰਡੇ ਵਾਪਸੀ ਕਰਦੇ ਜਾ ਰਹੇ ਨੇ ਵੀ ਹੋਰ ਮਨਸੂਬੇ ਦੇਖ ਤੇ ਬੰਦਾ ਕੀ ਨੀ ਕਰ ਸਕਦਾ, ਔਟਾਂ ਤੋਂ ਵਾਲੀਆਂ ਬੂੰਦ ਬੂੰਦ ਨਾਲ ਸਾਗਰ ਭਰ ਸਕਦਾ ਹੈ ਤੇ ਉਸ ਡਾਂਡੇ ਦੇ ਨਾਲ ਲੱਗ ਕੇ ਬੇੜੀ ਤਰਦੀ ਹੁੰਦੀ ਹੈ, ਔਰ ਫਿਰ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ, ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਹੈ। ਹੌਲੀ ਹੌਲੀ ਕਰਕੇ ਮੁੰਡੇ ਵਾਪਸੀ ਤੇ ਕਰਦੇ ਜਾ ਰਹੇ ਨੇ। ਇੱਕ ਅੱਧਾ ਪੁਆਇੰਟ ਜੇ ਹੋਰ ਜੁੜ ਗਿਆ ਤੇ ਕੰਮ ਜਿਹੜਾ ਤੇਰੇ ਤੇਰੇ ਹੋ ਜਾਣਾ, ਇੱਕ ਅੱਧਾ ਨੰਬਰ ਜੇ ਹੋਰ ਜੁੜ ਗਿਆ ਤੇ ਕੰਮ ਕਦੇ ਤੇਰੇ ਹੋ ਜੂਗਾ। ਵਧਾਈਆਂ ਵਾਲਾ ਔਰ ਵਧਾਈਆਂ ਵਾਲਾ ਕਦੇ ਕਮਾਲ ਕਰ ਗਿਆ, ਫਿਰ ਚੇਂਜ ਹੋ ਗਈ ਹੈ। ਐਵੀ ਦਮਨ ਸਤਾਰਾਂ ਪੁਆਇੰਟ 18 ਤੇ 9 18 9 18 9 ਓ ਬੱਲੇ ਪੰਮੂ, ਓ ਬੱਲੇ ਪੰਮੂ, ਉਧਰ ਵੀ ਅਜੇ ਮੋੜੀ ਆਉਂਦਾ। ਵਾਹ ਓਏ ਖੱਪਿਆਂ ਵਾਲੀ ਵਾਲਿਆ, ਅਜੇ ਨੇ ਬਹੁਤ ਸੋਹਣੀ ਬਾਲ ਡਿਫੈਂਸ ਕੀਤਾ। ਨੌ ਸਰਵਿਸ ਚੇਂਜ ਹੈ 9 18 9 18 9 18 9 ਤੇ 18 ਦਾ ਮੁਕਾਬਲਾ ਇੱਧਰ ਖੇਡਿਆ ਜਾ ਰਿਹਾ, 9 ਪੁਆਇੰਟ ਗੱਥੂ ਵਾਲਾ ਗਰੁੱਪ ਦੀ ਔਰ 18 ਪੁਆਇੰਟ ਜਿਹੜੇ ਧੱਕਿਆਂ ਵਾਲ ਦੀ ਟੀਮ ਦੇ ਨੇ, 9 ਤੋਂ 10 ਕਰਦੇ ਲਈ ਉਧਰਲੇ ਪਾਸੇ ਸਰਵਿਸ ਕਹਿੰਦੇ ਕਰ ਦਿੱਤੀ ਹੈ। ਲਾਰੀ ਹੈਪੀ ਹੈ, ਆਹ ਮੈਚ ਜੇ ਇੱਥੋਂ ਜਿੱਤੇ ਨਾ ਤੇ ਗੱਲ ਜਿਹੜੀ ਬਣ ਜਾਣੀ ਹੈ। ਆਹ ਸਾਹਮਣੇ ਰਿੰਕੂ ਬਾਲ ਆਊਟ ਮਾਰ ਬੈਠਾ ਹੈ, ਨਾ ਚਾਹੁੰਦਿਆਂ ਵੀ ਕਹਿੰਦੇ ਗਲਤੀ ਬੰਦੀ ਕਰ ਗਿਆ ਹੈ ਵੀ ਰੰਗ ਤੋਂ ਮਹਿਕ ਨਫਾਸਤ ਉਹਦੇ ਬੁੱਲਾਂ ਦੀ ਹੈ ਤੇ ਐਸੀ ਤੈਸੀ ਕਰ ਦਿੰਦੀ ਹੈ ਫੁੱਲਾਂ ਦੀ ਹੈ। ਆਹ ਸਾਰੀ ਉਮਰ ਹੀ ਸਜ਼ਾ ਭੁਗਤਣੀ ਪੈਂਦੀ ਹੈ, ਅਕਸਰ ਵਕਤ ਤੋਂ ਪਹਿਲਾਂ ਹੋਈਆਂ ਭੁੱਲਾਂ ਦੀ ਹੈ, ਸਾਰੀ ਉਮਰ ਹੀ ਸਜ਼ਾ ਭੁਗਤਣੀ ਪੈਂਦੀ ਹੈ, ਅਕਸਰ ਵਕਤ ਤੋਂ ਪਹਿਲਾਂ ਹੋਈਆਂ ਭੁੱਲਾਂ ਦੀ ਹੈ। ਇੱਧਰ ਕਹਿੰਦੇ ਬਧਾਈਆਂ ਵਾਲਾ ਫੇਰ ਸਰਵਿਸ ਕਰ ਗਿਆ ਗਈ। ਕਲਾਲ ਪਿੰਡ ਦਾ ਗੁਰਵੀਰ ਆਇਆ ਹੋਇਆ ਹੈ ਔਰ ਕਹਿੰਦੇ ਸੋਨੂ ਵਰਗੇ ਖੇਡ ਦੇ ਨਾਲ ਸੁਰਪ੍ਰੀਤ ਤੇ ਇਧਰਲੇ ਪਾਸੇ ਬਾਸੀਆਂ ਔਰ ਕਹਿੰਦੇ ਖੇਡ ਦੇ ਮੈਦਾਨ ਤੇ ਸ਼ਹਿਰੀ ਟੀਮ ਖੇਡ ਰਹੀ ਹੈ। ਬਾਈ ਜੀ ਅਗਲਾ ਮੈਚ ਵੀ ਖੇਡਾਂਗੇ, ਟੀਮਾਂ ਰੈਡੀ ਹੋ ਜਾਣਗੀਆਂ। ਥੱਪਣ ਵਾਲਾ ਤੇ ਕੈਨਪੁਰ ਜੈਪੀ, ਥੱਪਣ ਵਾਲੇ ਪਿੰਡ ਚ ਵੀ ਰੌਣਕਾਂ ਕਦੇ ਲੱਗਣਗੀਆਂ। 2 ਮਾਰਚ ਜਿਹੜੇ ਥੱਪਣ ਵਾਲੇ ਵੱਡੇ ਕੱਪ ਦੀ ਹੈ, ਸਾਰੀਆਂ ਟੀਮਾਂ ਨੂੰ ਖੁੱਲ੍ਹੇ ਸੱਦੇ ਨੇ। ਸਾਡੇ ਕੋਲ ਜਗਵੀਰ ਢਿੱਲੋਂ ਦਾ ਪਿੰਡ ਹੈ, ਜਸਪ੍ਰੀਤ ਹੋਣਾ ਦਾ ਵਾਲੀਬਾਲ ਦੇ ਘਰ ਸੁੱਖੇ ਰੰਗ ਦੇ ਪਿੰਡ ਹੈ, ਗੱਲਾਂ ਹੋਣਗੀਆਂ। ਬਾਬੇ ਵਰਗੇ ਸੱਦੇ ਲਾਉਂਦੇ 2 ਮਾਰਚ ਕਹਿੰਦੇ ਥੱਪਣ ਵਾਲੇ ਵੱਡੇ ਕੱਪ ਦੀ ਹੋਵੇਗੀ। ਇਧਰ ਸ਼ਾਇਦ ਔਰ ਬੱਲੇ ਕਮਾਲ ਦਾ ਨੰਬਰ ਜੋੜ ਦਿੱਤਾ ਮੁੰਡੇ ਨੇ, 11 ਹੋ ਗਿਆ ਉਧਰ ਵੀਰੇ। ਨਥੂਲਾ ਗਰਬੀ 11 ਪੁਆਇੰਟ, ਬੂਟਾ ਮੱਲਾ, ਮਨੂ ਗਰਿਆਲ, ਜਿੰਦਰ ਹਾਂਸ, ਫਰੋਜ਼ਾ ਵੀ ਨਹੀਂ ਆਈ ਵੀਰੇ।
ਮੁੰਡੇ ਆਏ ਆ ਗੁਰਪਕਾਰ ਹੋਰੀ, ਉਹ ਕਿਹੜੀ ਟੀਮ ਭਰੀ ਆ ਉਹਨਾਂ ਨੇ ਉਹ ਕਰਾਂਗੇ ਅਪਡੇਟ, ਪਰ ਸੀਨੀਅਰ ਟੀਮ ਨਹੀਂ ਆਈ ਫਿਰੋਜ਼ ਸ਼ਾਹ ਵੀ। ਕਮਾਲ ਯਾਰ ਖੱਤਣੀ ਦਸਾਂਤੇ ਲਾਉਣੇ ਪੈਂਦੇ ਆ ਪਿਆਦੇ ਆ ਬੀਬਾ ਜਿੱਤ ਜਾਂਦੇ ਆ ਤੇ ਭੁਗਤਣੇ ਪੈਂਦੇ ਪਰਚੇ ਦੇ ਖਰਚੇ ਆ, ਫਿਰ ਜਾ ਕੇ ਮਹਿਫਲਾਂ ਚ ਹੁੰਦੇ ਚਰਚੇ ਆ ਤੇ ਖੜਦੀ ਨੀ ਪੁੱਛ ਵੀ ਖੜਾਉਣੀ ਪੈਂਦੀ ਆ, ਔਰ ਬੱਲੇ ਬੱਲੇ ਹੁੰਦੀ ਨੀ ਕਰਾਉਣੀ ਪੈਂਦੀ ਆ, ਬੱਲੇ ਬੱਲੇ ਹੁੰਦੀ ਨੀ ਕਰਾਉਣੀ ਪੈਂਦੀ ਆ, ਬਣਦੀ ਨੀ ਦੁਨੀਆਂ ਬਣਾਉਣੀ ਪੈਂਦੀ ਆ, ਖੇਡ ਦਿਖਾਉਣੀ ਪੈਂਦੀ ਆ, ਇੱਧਰ ਫਾਉਲ ਹਰ ਇੱਕ ਵਾਰ ਫਿਰ ਤੋਂ ਸਰਵ ਜਿਹੜੀ ਚੀਜ਼ ਹੈ। ਪੁਆਇੰਟ ਵੀਰੇ ਦੱਸ ਦੇ ਦੱਸ ਦੇ ਘੱਟਣ ਵਾਲੀ ਦਾ ਪੁਆਇੰਟ ਵੀਰੇ ਇੱਧਰ 19-20 ਪੁਆਇੰਟ ਆ ਮੇਰੇ ਖਿਆਲ ਚ, 21-21 ਦੇ ਮੈਚ ਚੱਲੀ ਜਾਂਦੇ ਬਾਈ, ਅੱਜ 21-21 ਦੇ ਕਰਾਉਣੇ ਪ੍ਰਬੰਧਕੀ ਕਮੇਟੀ ਕਹਿੰਦੀ 21-21 ਦੇ। ਓਏ ਗੇਮ ਪੁਆਇੰਟ ਮੌਕੇ ਵਾਰ ਵਾਰ ਮਿਲਦੇ ਆ ਤੇ ਮੌਕੇ ਹੁਣ ਸਭ ਨੇ ਪੈਣਗੇ, ਪਰ ਇੱਕ ਅੱਧੀ ਜੇ ਪੱਟੀ ਤੋੜੇ ਤੇ ਤੈਨੂੰ ਤਾਂ ਮੰਡੀਏ, ਔਰ ਤੂੰ ਵੀ ਆਪਣੇ ਆਪ ਨੂੰ ਸੋਹਣੇ ਵੀਰ ਛੱਬੀ ਖਾਨ ਖਵਾਉਣਾ ਹੈ, ਪਰ ਜੇ ਆਹ ਮੈਂ ਜਿੱਤ ਕੇ ਦਿਖਾਵੇ ਤੈਨੂੰ ਤਾਂ ਮੰਡੀਏ। ਇੱਧਰ ਫਾਉਲ ਹੈ, ਆਓ ਬਾਈ ਜੀ ਭੈਣੀ ਬਾਈਆ ਤੇ ਚੱਕਰ ਲੱਗੀ ਉਹ ਬੱਲੇ ਵਾਹ ਬਰਾੜ ਵੀ ਰਿਹਾ ਹਰਦਾ ਉਧਰ ਹਜੇ ਨੀ ਬਈ, ਬੱਚੇ ਦੇ ਬਾਲ ਨਾ ਜਿਮੜਾ ਧਿਆਨ ਰੱਖ ਚੰਗਾ, ਬਾਲ ਦਾ ਨਾ ਪਤਾ ਨੀ ਕਿੱਧਰ ਨੂੰ ਆ ਜਾਣੀ ਤੈਨੂੰ ਪਤਾ। ਆਓ ਬੱਲੇ ਪੁਆਇੰਟ ਲੱਗ ਗਿਆ ਵੀਰੇ ਮੁੰਡੇ, ਹੋਰ ਇੱਕ ਨੱਥੂ ਵਾਲਾ ਕਰ ਵੀ ਫਿਰੋਜ਼ ਵੀ ਨਹੀਂ ਆਈ ਵੀਰੇ, ਨਹੀਂ ਆਈ ਬੂਟਾ ਮੱਲਾ ਮੱਲਾ ਸਾਹਿਬ, ਫਿਰੋਜ਼ ਵੀ ਨਹੀਂ ਆਈ।
ਹਰਿਆਣੇ ਤਾਂ ਮੈਨੂੰ ਲੱਗਦਾ ਨੈੱਟ ਬੰਦ ਹੈ ਵਿੰਦਰ, ਹੈਨਾ ਆਪਣਾ ਦਰਸ਼ਕ ਹਰਿਆਣੇ ਦੇ ਬਹੁਤ ਹੈ ਵੇਖਣ ਵਾਲੇ। ਸਰਸਾ ਕਿ ਸਰਸੇ ਵੀ ਬੰਦ ਹੈ। ਨੰਗਿਆ ਕੋਈ ਟਰੈਕਟਰ ਉੱਧਰ ਕਿ ਨਹੀਂ? ਇਹਦਾ ਮੈਨੂੰ ਵੀ 855 ਲੈ ਕੇ ਜਾਣਾ ਪੈਣਾ। ਉਹ ਬੱਲੇ ਲਓ ਜੀ, ਭੈਣੀ ਵਾਲਾ ਸੋਨੀ ਆ ਗਿਆ ਤੇ ਕੱਟਿਆਂ ਵਾਲੀ ਟੀਮ ਜਿੱਤ ਗਈ ਹੈ। ਲਾਈਵ ਕੱਟ ਕੇ ਚਲਾਉਣੇ, ਇੱਕ ਮਿੰਟ ਦੁਬਾਰੇ ਵੇਟ ਕਰੋ ਪਿੰਦਰ।